ਜੋ ਕਿ ਸੁਰਿੰਦਰਗੜ੍ਹ ਨੂੰ ਨਿਗਾਨ ਕਰਦਾ ਹਾਂ। ਇੱਕ ਮੇਰੇ ਸਾਹਮਣੇ ਗੁਆਂਢੀ ਦੀ ਲੜਾਈ ਸੀ, ਉਹਦੀ ਲੜਾਈ 'ਚ ਦੋਵਾਂ 'ਚ ਮੇਰਾ ਨੁਕਸਾਨ ਕਰ ਗਿਆ, ਮੇਰੇ ਸਿਰ 'ਚ ਦਾਤਰ ਮਾਰ ਕੇ ਗਏ ਜੇ, ਮੇਰੇ ਗੋਟੇ 'ਤੇ ਦਾਤਰ ਮਾਰਿਆ ਜੇ, ਅਤੇ ਫਿਰ ਕਿਸੇ ਨੂੰ ਛਡਾਉਣ ਦਾ ਵੀ ਕੋਈ ਭਲਾ ਮਾਨਸਿਕ ਸੁਖਾਨਾ ਨਹੀਂ ਹੈਗਾ, ਅਤੇ ਸਾਰੀ ਦੁਕਾਨ ਮੇਰੀ ਭੰਨ ਗਏ ਜੇ, ਬਾਜ਼ਾਰ 'ਚ ਹੋਰ ਦੁਕਾਨਾਂ ਭੰਨ ਗਏ ਜੇ, ਆ ਕੇ ਮੌਕਾ ਦੇਖ ਸਕਦੇ ਜੀ। ਉਹ ਦੇਖੋ ਮਾੜੇ ਬੰਦੇ ਲਈ ਇੱਥੋਂ ਲੱਗਿਆ ਅਤੇ ਦੁਕਾਨਦਾਰ ਬੰਦਾ ਕੀ ਕਰੂਗਾ, ਅੱਜ ਮੇਰਾ ਨੁਕਸਾਨ ਹੈ, ਕੱਲ੍ਹ ਹੋਰ ਕਿਸੇ ਨੁਕਸਾਨ ਕਰ ਸਕਦੇ ਹੋ। ਕਿੰਨੇ ਵਜੇ ਦੀ ਘਟਨਾ ਹੈ? ਬਸ ਥੋੜ੍ਹੇ ਘੰਟੇ ਦੀ ਗੱਲ ਹੈ ਜੀ। ਕਿੰਨੇ ਕੁ ਮੁੰਡੇ ਸੀ? 15-16 ਮੁੰਡੇ, ਪਹਿਲਾਂ 5 ਆਏ, ਮੁੜ ਕੇ 15-16 ਜਿਹੜੇ ਕਿਰਪਾਨਾਂ ਖੁੱਲ੍ਹੇ ਲੈ ਗਏ ਆ, ਕੋਈ ਪੁਲਿਸ ਵਾਲੇ ਗੱਲ ਨਹੀਂ ਜੀ ਸੁਣੀ, ਉਹ ਕਹਿੰਦਾ ਉੱਥੇ ਗਿਆ ਵਾ, ਕੋਈ ਕਿਤੇ ਫਲਾਣਾ ਘਰ ਗਿਆ ਵਾ, ਕੋਈ ਬਾਜ਼ਾਰ ਗਿਆ ਵਾ, ਸਾਡੀ ਸੁਣਵਾਈ ਕੋਈ ਨਹੀਂ ਹੋਈ। ਅਗਲੀ ਕਾਰਵਾਈ ਤੁਸੀਂ ਕੀ ਕਰ ਰਹੇ ਹੋ? ਅਗਲੀ ਸਾਡੀ ਵੇਖੋ ਜੀ, ਸਾਡੇ ਆ ਕੇ ਮੌਕਾ ਵੇਖੋ, ਸਾਡੇ ਸਾਨੂੰ ਕੋਈ ਇਨਸਾਫ ਹੋਇਆ, ਸਾਡੀ ਜੋ ਨੁਕਸਾਨ ਸਾਡਾ ਸਾਡੀ ਪੂਰਤੀ ਕੀਤੀ ਜਾਵੇ।